मैं वाइजेट बैंक तो बोल रही हूं कि तुहानू कोई क्रेडिट कार्ड या बैंक लोन चाहिए है? मैडम मैं इंटरव्यू ले आया हूं। सर साडे कोल बहुत चंगा ऑफर है। मैडम प्लीज मैनू परेशान ना करो, मैनू कोई लोन नहीं चाहिए। अजय हां तुम्हारे नाल भी वापर सकता है, इस करके ट्राई द डू नॉट डिस्टर्ब या डीएनडी 2.0 ऐप का फायदा चुको। ट्राई डीएनडी 2.0 ऐप टेलीकॉम रेगुलेटरी अथॉरिटी ऑफ इंडिया दी एक पहल है, जिदे इस्तेमाल नाल खपतकार अनचाही कमर्शियल कॉल्स नु बंद भी करवा सकते हैं अते अजे ही अनचाही कॉल्स अते मैसेज दी शिकायत भी दर्ज करवा सकते हैं। वाह वधिया है, पर ए मिलेगा कित्थों? तुसी एनु गूगल प्ले स्टोर ते किसी भी एंड्रॉइड डिवाइस ते मुफ्त विच डाउनलोड कर सकते हो। पर एदा इस्तेमाल किवें करिए? इस ऐप दा इंटरफेस बहुत ही यूजर फ्रेंडली है। सब तो पहला ता तुहानू अपने स्मार्टफोन विच एनु इंस्टॉल करना है, फिर ऐप नु खोलो अते अपना नंबर एदे विच रजिस्टर कर दियो। तुहाडे कोल एक या दोनों नंबर नु रजिस्टर करन दी सहूलत है। ਇਹ ਐਪ ਡੀਐਨਡੀ ਦੀ ਪ੍ਰੈਫਰੈਂਸਿਸ ਵੀ ਰਜਿਸਟਰ ਕਰਦਾ ਹੈ ਜੋ ਵੱਖ-ਵੱਖ ਤਰ੍ਹਾਂ ਦੇ ਅਣਚਾਹੇ ਕਮਰਸ਼ੀਅਲ ਕਾਲਸ ਅਤੇ ਐਸਐਮਐਸ ਨੂੰ ਬਲੌਕ ਕਰਦਾ ਹੈ। ਤੁਸੀਂ ਇੱਕ ਜਾਂ ਸਾਰੀ ਟੈਲੀਮਾਰਕੀਟਿੰਗ ਸਰਵਿਸਿਜ਼ ਨੂੰ ਬਲੌਕ ਕਰ ਸਕਦੇ ਹੋ। ਜੇਕਰ ਰਜਿਸਟ੍ਰੇਸ਼ਨ ਦੇ 7 ਦਿਨਾਂ ਬਾਅਦ ਵੀ ਤੁਹਾਨੂੰ ਅਣਚਾਹੇ ਕਮਰਸ਼ੀਅਲ ਕਾਲਸ ਅਤੇ ਐਸਐਮਐਸ ਆ ਰਹੇ ਨੇ ਤਾਂ ਇਹ ਐਪ ਤੁਹਾਨੂੰ ਤੁਹਾਡੇ ਸਰਵਿਸ ਪ੍ਰੋਵਾਈਡਰ ਦੇ ਕੋਲ ਆਪਣੀ ਸ਼ਿਕਾਇਤ ਦਰਜ ਕਰਨ ਦੀ ਵੀ ਸਹੂਲਤ ਦਿੰਦਾ ਹੈ। ਤੁਸੀਂ ਅਜਿਹੇ ਅਣਚਾਹੇ ਕਾਲਸ ਅਤੇ ਐਸਐਮਐਸ ਦੇ ਖਿਲਾਫ ਕੀਤੀ ਗਈ ਸ਼ਿਕਾਇਤ ਦਾ ਸਟੇਟਸ ਅਤੇ ਉਹਨਾਂ ਤੇ ਕੀਤੀ ਜਾਣ ਵਾਲੀ ਕਾਰਵਾਈ ਦਾ ਵੀ ਪਤਾ ਲਾ ਸਕਦੇ ਹੋ। ਇਸ ਐਪ ਵਿੱਚ ਐਸਐਮਐਸ ਲਈ ਇੰਟੈਲੀਜੈਂਟ ਸਪੈਮ ਡਿਟੈਕਸ਼ਨ ਇੰਜਨ ਹੈ ਜੋ ਅਣਚਾਹੇ ਐਸਐਮਐਸ ਦੀ ਰਿਪੋਰਟ ਕਰਨ ਵਿੱਚ ਸਹਾਇਕ ਹੈ। ਐਪ ਸੁਝਾਅ ਦੇਗਾ ਕਿ ਤੁਹਾਡੇ ਵੱਲੋਂ ਪ੍ਰਾਪਤ ਕੋਈ ਅਣਜਾਣੇ ਐਸਐਮਐਸ ਜਾਂ ਕਾਲ ਖੋਰੇ ਸਪੈਮ ਹੈ। ਖਪਤਕਾਰ ਫੋਨ ਤੇ ਆਈ ਹੋਈ ਕਾਲ ਅਤੇ ਐਸਐਮਐਸ ਸਪੈਮ ਹੈ ਜਾਂ ਨਹੀਂ ਇਹ ਆਪ ਵੀ ਦੱਸ ਸਕਦੇ ਹਨ। ਖਪਤਕਾਰ ਕਿਸੇ ਵੀ ਸ਼ੱਕ ਲਈ ਐਫਏਕਿਊ ਤੇ ਜਾ ਸਕਦਾ ਹੈ ਅਤੇ ਆਪਣਾ ਫੀਡਬੈਕ ਵੀ ਦੇ ਸਕਦਾ ਹੈ। ਟ੍ਰਾਈ ਦਾ ਡੀਐਨਡੀ 2.0 ਐਪ ਦਾ ਇਸਤੇਮਾਲ ਕਰੋ ਅਤੇ ਅਣਚਾਹੀ ਕਮਰਸ਼ੀਅਲ ਕਾਲਸ ਅਤੇ ਐਸਐਮਐਸ ਦੀ ਪਰੇਸ਼ਾਨੀ ਨੂੰ ਦੂਰ ਕਰੋ। ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਵੱਲੋਂ ਜਨਹਿਤ ਵਿੱਚ ਜਾਰੀ।